भगत सिंह कौमी रुजगार गरंटी एक्ट नू लैके 28 ते 29 मार्च नू दो दिनां दा इह पैदल मार्च फाजिलका सरहदी जिले तो आवाज उठी है रुजगार की प्राप्ति लई नवी बनी पार्लीमेंट का जिथे उद्घाटन हो रहा उत्थे ये नौजवान मुंडे कुड़ियां पैदल मार्च कर रहे हैं और इत्थे तुसी देख सकते हो कि केरला तो राज्यसभा मैंबर भी इस मार्च की अगवाई कर रहे हैं पी संतोष कुमार वो साडे विचकार ने और नाल ही AISF ते AIYF की लीडरशिप जिहड़ी है पार्लीमेंट तक आवाज पहुंचाउण दे लई मार्च कढ रही है। DC नूं मंग पत्र दिता जाणा पर आवाज अज नहीं उठी। अज तो 20 साल पहला चली एक लहर ने रुजगार प्राप्ति मुहिम दी ने यह रूप धारण किया कि बनेगा की प्राप्ति लई नौजवान मुंडे कुड़ियां सड़कों के उत्ते उतरे ने। असीं कुछ वलंटियरां नाल गलबात भी करांगे कि ओह की कहना चाहुंदे ने ते इस मार्च का मकसद की है। वड्डी वलंटियर ने जिहड़े ओह मार्च कढदे दिखाई दे रहे ने। ਤੁਸੀਂ ਸਭ ਤੋਂ ਪਹਿਲਾਂ ਦੱਸੋ ਜੀ ਇਹ ਵਲੰਟੀਅਰ ਮਾਰਚ ਕੱਢਣ ਦਾ ਮਕਸਦ ਕੀ ਹੈ ਤੁਹਾਡਾ? ਇਹ ਵਲੰਟੀਅਰ ਮਾਰਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਔਰ ਇਸ ਕਾਨੂੰਨ ਦੇ ਮੁਤਾਬਕ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਰੁਜ਼ਗਾਰ ਮਿਲੇ ਔਰ ਰੁਜ਼ਗਾਰ ਦੀ ਜਿਹੜੀ ਗਰੰਟੀ ਦਾ ਕਾਨੂੰਨ ਬਣੇ। ਇਸ ਕਾਨੂੰਨ ਦੇ ਮੁਤਾਬਕ ਜਿਹੜਾ ਪੜ੍ਹਿਆ ਲਿਖਿਆ ਹੈ ਔਰ ਅਨਪੜ੍ਹ ਦੋਨਾਂ ਵਾਸਤੇ ਅਸੀਂ ਰੁਜ਼ਗਾਰ ਦੀ ਗਰੰਟੀ ਦੀ ਗੱਲ ਕਰਦੇ ਹਾਂ। ਜਿਹੜਾ ਅਨਪੜ੍ਹ ਔਰ ਅਨਸਿੱਖਿਅਤ ਹੈ ਉਹਦੇ ਵਾਸਤੇ ਘੱਟੋ ਘੱਟ 30,000 ਰੁਪਈਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਅਰਧ ਸਿੱਖਿਅਤ ਹੈ ਉਹਦੇ ਵਾਸਤੇ 35,000 ਰੁਪਈਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਸਿੱਖਿਅਤ ਹੈ ਉਹਦੇ ਵਾਸਤੇ 45,000 ਰੁਪਈਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਹਾਈਲੀ ਸਕਿੱਲਡ ਹੈ ਉੱਚ ਸਿੱਖਿਅਤ ਹੈ ਉਹਦੇ ਵਾਸਤੇ 60,000 ਰੁਪਈਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ। ਇਸ ਕਾਨੂੰਨ ਦੀ ਪ੍ਰੋਵੀਜ਼ਨ ਦੇ ਅਕੋਰਡਿੰਗ ਇਹ ਕਾਨੂੰਨ ਦੇ ਜਿਹੜਾ ਜੇਕਰ ਸਰਕਾਰ ਇੰਪਲਾਇਮੈਂਟ ਇੱਕ ਸਾਲ ਵਿੱਚ ਨਹੀਂ ਦੇ ਸਕਦੀ ਤਾਂ ਉਹਦੇ ਵਾਸਤੇ ਇੰਪਲਾਇਮੈਂਟ ਵੇਟਿੰਗ ਅਲਾਉਂਸ ਜਿਹੜਾ ਉਹਨਾਂ ਨੂੰ ਤਨਖਾਹ ਦਾ ਅੱਧ ਦਿੱਤਾ ਜਾਵੇ। ਇਹ ਜਿਹੜਾ ਵਲੰਟੀਅਰ ਪੈਦਲ ਮਾਰਚ ਹੈ ਬਨੇਗਾ ਦੀ ਪ੍ਰਾਪਤੀ ਲਈ ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ। ਇਹ ਕੱਲ੍ਹ ਤੋਂ ਜਿਹੜਾ ਪੈਦਲ ਮਾਰਚ ਸ਼ੁਰੂ ਹੋਇਆ ਹੈ ਅੱਜ ਜਿਹੜਾ ਫਾਜ਼ਿਲਕਾ ਦੇ DC ਦਫ਼ਤਰ ਬਸ ਜਾ ਕੇ ਉੱਥੇ ਮੰਗ ਪੱਤਰ ਦਿੱਤਾ ਜਾਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਦੇਸ਼ ਦੇ ਰਾਸ਼ਟਰਪਤੀ ਨੂੰ, ਦੇਸ਼ ਦੇ ਲੋਕ ਸਭਾ ਦੇ ਸਪੀਕਰ ਨੂੰ, ਕਿਉਂਕਿ ਇੱਕ ਪਾਸੇ ਦੇਸ਼ ਦੀ ਪਾਰਲੀਮੈਂਟ ਦਾ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਹੈ, ਦੂਜੇ ਪਾਸੇ ਸਾਡੇ ਇਸ ਸਮਾਗਮ ਦੇ ਵਿੱਚ ਰਾਜ ਸਭਾ ਦੇ ਮੈਂਬਰ ਕੇਰਲਾ ਤੋਂ ਸਾਥੀ ਪੀ ਸੰਤੋਸ਼ ਹਾਜ਼ਰ ਨੇ। ਅਸੀਂ ਉਹਨਾਂ ਦੇ ਜ਼ਰੀਏ ਜਿਹੜਾ ਆਪਣਾ ਇੱਕ ਮੈਸੇਜ ਇੱਕ ਮੰਗ ਪੱਤਰ ਦੇ ਰਾਹੀਂ ਅਸੀਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਰਾਹੀਂ ਜਿਹੜਾ ਉਹ ਦੇਣਾ ਚਾਹੁੰਦੇ ਹਾਂ ਕਿ ਦੇਸ਼ ਦੀ ਜਵਾਨੀ ਜਿਹੜੀ ਹੈ ਉਹ ਰੁਜ਼ਗਾਰ ਚਾਹੁੰਦੀ ਹੈ। ਜੇ ਪੰਜਾਬ ਦੀ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਹਰ ਸਾਲ 6.25 ਲੱਖ ਮੁੰਡਾ ਕੁੜੀ ਜਵਾਨੀ ਚੜ੍ਹਦਾ ਹੈ ਔਰ ਇਸ ਟਾਈਮ ਇਕੱਲੇ ਪੰਜਾਬ ਦੀ ਜਿਹੜੀ 3.17 ਕਰੋੜ ਦੀ ਆਬਾਦੀ ਦੇ ਵਿੱਚੋਂ 1 ਕਰੋੜ ਮੁੰਡਾ ਕੁੜੀ ਜਿਹੜਾ ਹੈ ਉਹ ਬੇਰੁਜ਼ਗਾਰ ਫਿਰ ਰਿਹਾ ਹੈ। ਜਦੋਂ ਬੇਰੁਜ਼ਗਾਰ ਫਿਰ ਰਿਹਾ ਹੈ ਤਾਂ ਉਹਨਾਂ ਦੇ ਰੁਜ਼ਗਾਰ ਦੀ ਗਰੰਟੀ ਨਹੀਂ ਹੈ, ਉਹ ਨਸ਼ਾ ਵਾਲੇ ਪਾਸੇ ਜਾ ਰਿਹਾ ਹੈ, ਉਹ ਗਲਤ ਅਲਾਮਤਾਂ ਵਾਲੇ ਪਾਸੇ ਜਾ ਰਿਹਾ ਹੈ, ਉਹ ਲੁੱਟਾ ਖੋਹਾਂ ਦਾ ਸ਼ਿਕਾਰ ਹੋ ਰਿਹਾ ਹੈ, ਇੱਥੋਂ ਤੱਕ ਕਿ ਆਰਥਿਕਤਾ ਦਾ ਸ਼ਿਕਾਰ ਹੋ ਕੇ ਉਹ ਜਿਹੜਾ ਹੈ ਆਤਮ ਹੱਤਿਆ ਵਾਲੇ ਪਾਸੇ ਵੀ ਜਾ ਰਿਹਾ ਹੈ ਔਰ ਇਹ ਅਲਾਮਤਾਂ ਤੋਂ ਬਾਹਰ ਆਵੇ ਇਸ ਕਰਕੇ ਅਸੀਂ ਬਨੇਗਾ ਕਾਨੂੰਨ ਪਾਸ ਕਰਾਉਣ ਵਾਸਤੇ ਜਿਹੜਾ ਹੈ ਉਹ ਲਗਾਤਾਰ ਪੈਦਲ ਮਾਰਚ ਕਰ ਰਹੇ ਹਾਂ। ਹਜ਼ਾਰਾਂ ਦੀ ਗਿਣਤੀ ਹੋਈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਨੌਜਵਾਨ ਵਿਦਿਆਰਥੀ ਨੇ ਉਹ ਪੈਦਲ ਮਾਰਚ ਦਾ ਹਿੱਸਾ ਬਣੇ। ਤਾਂ ਇਸ ਅਗਵਾਈ ਕਰ ਰਹੇ ਲੀਡਰਸ਼ਿਪ ਹੈ ਪਰਮਜੀਤ ਢਾਬਾ ਨੇ ਜਾਣਕਾਰੀ ਦਿੱਤੀ ਹੈ, ਬਰੀਫ ਕੀਤਾ ਕਿ ਮਾਰਚ ਦਾ ਮਕਸਦ ਕੀ ਹੈ। ਨੌਜਵਾਨ ਨਾਅਰੇਬਾਜ਼ੀ ਕਰਦੇ ਹੋਏ ਇਸ ਲੌਂਗ ਮਾਰਚ ਨੂੰ, ਇਸ ਪੈਦਲ ਮਾਰਚ ਨੂੰ ਕੱਢ ਰਹੇ ਨੇ, ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ ਮੁੰਡੇ ਕੁੜੀਆਂ ਅੱਗੇ ਵੱਲ ਨੂੰ ਵੱਧ ਰਹੇ ਨੇ, ਵੱਡੀ ਗਿਣਤੀ 'ਚ ਦੇਖ ਸਕਦੇ ਹੋ ਤੁਸੀਂ। ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਪੈਦਲ ਮਾਰਚ ਕੱਢਿਆ ਜਾ ਰਿਹਾ, ਪੂਰੇ ਸ਼ਹਿਰ ਦੇ ਵਿੱਚੋਂ ਦੀ ਆਉਂਦਾ ਹੋਇਆ ਮਾਰਚ DC ਦੇ ਦਫ਼ਤਰ ਵੱਲ ਨੂੰ ਜਾ ਰਿਹਾ ਔਰ ਇਹਨਾਂ ਦੀ ਮੰਗ ਹੈ ਕਿ ਹਰ ਇੱਕ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਹੋਣਾ ਚਾਹੀਦਾ ਔਰ ਰੁਜ਼ਗਾਰ ਦੀ ਪ੍ਰਾਪਤੀ ਲਈ ਤਾਂ ਇੱਥੇ ਹੋਰ ਵੀ ਵਲੰਟੀਅਰ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ।
ਬਾਰੇ ਕਿਉਂ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਇਸ ਮਾਰਚ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਇਸ ਮਾਰਚ ਬਾਰੇ ਇਹ ਕਹਿਣਾ ਚਾਹਾਂਗੇ ਕਿ ਜੋ ਬਣੇਗਾ ਕਾਨੂੰਨ ਹੈ ਉਹ ਸਾਡਾ ਪਾਸ ਕੀਤਾ ਜਾਵੇ ਸਾਡੀ ਇਹ ਸੁਨੇਹਾ ਪਾਰਲੀਮੈਂਟ ਦਿੱਲੀ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਹਰ ਘਰ ਵਿੱਚ ਜਿਹੜੇ ਨੌਜਵਾਨ ਸਾਥੀ ਨੂੰ ਰੁਜ਼ਗਾਰ ਦਿੱਤਾ ਜਾਵੇ ਕੋਈ ਰੁਜ਼ਗਾਰ ਨਾ ਰਹੇ ਰੁਜ਼ਗਾਰ ਦੀ ਗਰੰਟੀ ਹੋਵੇ ਤਾਂ ਕੋਈ ਵੀ ਨਸ਼ੇੜੀ ਨਹੀਂ ਬਣੇਗਾ ਡਾਕੂ ਦੇ ਕੇਰਾ ਨਹੀਂ ਕਰੇਗਾ ਜੋ ਡਿਸਟ੍ਰਿਕਟ ਵਿੱਚ ਘਰੇ ਬੈਠੇ ਹੋਣ ਰੁਜ਼ਗਾਰ ਦੀ पैदल मार्च किया ਕੁੜੀਆਂ ਲਈ ਖਾਸ ਕਰਕੇ ਕਿਹਾ ਜਾਂਦਾ ਇਨਵਾਇਰਮੈਂਟ ਅੱਜਕੱਲ ਠੀਕ ਨਹੀਂ ਤੇ ਉਹਦੇ ਲਈ ਕਿਵੇਂ ਸਹਾਈ ਹੋਵੇਗਾ ਮਾਰਚ ਕੁੜੀਆਂ ਲਈ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਕੀਤਾ ਜਾਂਦਾ ਕੁੜੀਆਂ ਨੂੰ ਕਿਤੇ ਜਾਣ ਨਹੀਂ ਦਿੱਤਾ ਜਾਂਦਾ ਕਿ ਅੱਜਕੱਲ ਮਾਹੌਲ ਬਹੁਤ ਖਰਾਬ ਹੈ ਜਵਾਨੀ ਕਰਕੇ ਜੇਕਰ ਜਵਾਨੀ ਕੋ ਰੁਜ਼ਗਾਰ ਹੋਊਗਾ ਤਾਂ ਮਾਹੌਲ ਆਪੇ ਹੀ ਖਰਾਬ ਹੋਊਗਾ ਜੇਕਰ ਕੁੜੀਆਂ ਨੂੰ ਘਰੋਂ ਬਾਹਰ ਕੱਢਾਂਗੇ ਅਸੀਂ ਜਾ ਪਿੰਡਾਂ ਵਿੱਚ ਜ਼ਿਆਦਾ ਮੀਟਿੰਗਾਂ ਲਗਾਈਆਂ ਤੇ ਮਾਪੇ ਉਤਸ਼ਾਹਿਤ ਹੋਏ ਸਾਡੇ ਤੋਂ ਤੇ ਸਾਡੇ ਨਾਲ ਬਹੁਤ ਵੱਡੀ ਗਿਣਤੀ ਨਾਲ रुजगार प्राप्ति मुहिम के तहत सेहत विद्या रुजगार की गरंटी लई बनेगा भगत सिंह नैशनल इंपलायमेंट गरंटी एक्ट वलंटियर पैदल मार्च पिंडा तो डीसी दफ्तर फाजिलका तक फिलहाल एक जिले की गल है पर पंजाब तो जिहड़ी आवाज उठी है उसनू लैके मार्च कढ़िया जा रहा है कि रुजगार की गरंटी करता कानून है जिहड़ा बनना चाहिए इस वक्त साडे नाल केरला तो राज्यसभा मैंबर पी संतोष कुमार जी ने उन्होंने असी गलबात करांगे लाइव आप इस पैदल मार्च के बारे में क्या समिति है क्यों जरूरी है प्रणागर के लिए जो मार्च हो रहा है एक बहुत शानदार प्रोग्राम है बहुत बढ़िया प्रोग्राम है ये देश का भविष्य के लिए बनेगा मतलब भविष्य के लिए भविष्य भारत के लिए बनेगा का मतलब ये भविष्य के लिए तो एक पार्लियामेंट मेंबर होने के नाते क्या समिति एक तरफ न्यू पार्लियामेंट का उद्घाटन भी हुआ दूसरी तरफ पूरे देश का हाल क्या समिति है बतौर राज्यसभा मेंबर ये जो आंदोलन है हर नौजवानों को काम मिलने के लिए बेरोजगारी देश की सबसे बड़ा मामला है सबसे ज्यादा मामला है ये देश दुनिया का सबसे ज्यादा नौजवानों का देश है लेकिन इनमें 40% से ज्यादा लोगों को नौकरी नहीं है खास नौकरी काम नहीं भी है अनएम्प्लॉयमेंट बहुत ज्यादा है और हर राज्य में बेरोजगारी का रेट बहुत ज्यादा है आजादी के बाद इतना ज्यादा कभी नहीं था जो गवर्नमेंट देश का गवर्नमेंट है ना फेल हो गया हमारा जो आंदोलन है काम मौलिक अधिकार होना चाहिए पी संतोष कुमार जिन्होंने पार्लियामेंट मेंबर होने के नाते की समिति ने और इस पार्लियामेंट मार्च बारे की है पैदल मार्च कढ़िया जा रहा है और ये पैदल मार्च दे विच हजारां दी गिणती विच नौजवान मुंडे कुड़ियां हिस्सा बने ने जिस दे विच उन्हां दे मापे भी दिखाई दे रहे ने नाल आए ने एक बार फिर जिहड़े नवे दर्शक जुड़े ने उन्हां नूं असीं दस दईए एबीसी पंजाब ते फाजिलका जिले तो असीं तुहानूं लाइव तस्वीर दिखा रहे हैं कि ये जे पंजाब दे जिहड़े नौजवान स्टूडेंट्स भी ने जिन्हां दे विचों बेरोजगार भी ने ओ इस पार मैं जिहड़ा मार्च का हिस्सा बने ने पैदल मार्च क्यों कढ़िया गया उस नाल विस्तार नाल दस चुके ने लीडर और जिहड़े वलंटियर मार्च दे विच हिस्सा बने ने इहदे विच पैदल मार्च च उन्होंने दस्या साडा मकसद की है असी सिर्फ एक जिले लई नहीं एक सूबे लई नहीं पूरे देश दे लई जिहड़े बेरोजगार नौजवान ने उन्हां दे लई रुजगार मंगण दे लई कानून बनवाना चाहुंदे आ कि रुजगार मंगना ना पवे इस तरह का कानून होवे कि स्किल दे मुताबिक उन्हां नूं रुजगार दिता जा सके तां वड्डी गिणती दे विच तुसीं देख सकदे हो कि जिहड़े नौजवान भगत सिंह की तस्वीर वाली टीशर्टा पा के सड़कों के उत्ते उतरे ने तुम देख सकते हो ये वो तस्वीर ने फाजिलका तो जिसे डीसी दफ्तर वालों कूच किया जा रहा वक् वक् पिंडों तो होंदे हुए ये पैदल मार्च कढ़िया जा रहा